ਸੁਣਦਿਆਂ ਮੈਂ ਬੇਨਤੀ ਕਰਦਾ ਸੀ ਕਿ ਮਹਾਤਮਾ ਦਾ ਮਿਲਾਪ ਨਹੀਂ ਹੁੰਦਾ ਜਿੰਨਾ ਚਿਰ ਪੂਰਨ ਕਰਮ ਪਿੱਛੇ ਨਾ ਹੋਣ। ਪੂਰਵ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸ ਵੈਰਾਗੀ। ਇੱਕ ਤਾਂ ਹੁੰਦਾ ਸੰਤਾਂ ਨੂੰ ਦੇਖਣਾ, ਇੱਕ ਹੁੰਦਾ ਗੱਲਬਾਤ ਕਰਨੀ, ਇੱਕ ਹੁੰਦਾ ਭੇਟਣਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਰੱਖਦੇ ਹਾਂ ਨਾ, ਲਿਆ ਕੇ ਕੋਈ 100 ਰੁਪਈਆ ਮੱਥਾ ਟੇਕਦਾ, ਕੋਈ 1000 ਟੇਕਦਾ, ਕੋਈ 2 ਰੁਪਈਏ, ਕੋਈ ਰੁਪਈਆ ਆਪਣੀ ਭਾਵਨਾ ਦੇ ਨਾਲ। ਐਸੇ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਮਹਾਂਪੁਰਸ਼ਾਂ ਦੇ ਭੇਟ ਕਰ ਦੇਣਾ ਉਹੀ ਕਰ ਸਕਦਾ ਜਿਹਦੇ ਪੂਰਵਲੇ ਕਰਮ ਜਾਗੇ ਹੋਏ ਹੋਣ, ਉਹਨੂੰ ਭੇਟਣਾ ਕਹਿੰਦੇ ਨੇ। ਉਹਦੇ ਨਾਲ ਹੋਏ ਕੀ ਹੋਏਗਾ ਕੀ, ਕਿਉਂਕਿ ਉਹ ਮਹਾਂਪੁਰਸ਼ਾਂ ਦਾ ਹੋ ਗਿਆ। ਉਹਦੇ ਨਾਲ ਹੋਏਗਾ ਕਿ ਮਿਟਿਓ ਅੰਧੇਰ ਮਿਲਤ ਹਰ ਨਾਨਕ। ਉਹ ਹਨੇਰਾ ਜਿਹੜਾ ਅਗਿਆਨ ਦਾ ਸਾਡੇ ਮਨ 'ਚ ਪਿਆ ਹੋਇਆ ਉਹ ਮਿਟ ਜਾਏਗਾ। ਅਤੇ ਫਿਰ ਕਹਿੰਦੇ ਜਨਮ ਜਨਮ ਕੀ ਸੋਈ ਜਾਗੀ, ਸਾਡੀ ਸੁਰਤ ਹੁਣ ਸੁੱਤੀ ਪਈ ਹੈ। ਅਸੀਂ ਕਹਿੰਦੇ ਅਸੀਂ ਤਾਂ ਕੰਮ ਕਰਦੇ ਹਾਂ, ਸੁੱਤੇ ਤਾਂ ਨਹੀਂ। ਇਹ ਤਾਂ ਹਉਮੈ ਦੀ ਸੁਰਤ ਵਿੱਚ ਜਿਵੇਂ ਸੁਪਨਾ ਲਈਦਾ, ਇੱਕ ਸੁਪਨਾ ਰਾਤ ਦਾ, ਇੱਕ ਸੁਪਨਾ ਅਸੀਂ ਹੁਣ ਲੈ ਰਹੇ ਹਾਂ। ਸੁਪਨੇ ਦੇ ਸ਼ੁਭ ਕਰਮ ਫਲ ਦੇ ਰਹੇ ਨੇ। ਉਹ ਜਾਗ ਹੋਰ ਹੁੰਦੀ ਹੈ, ਜਾਗ ਹੁੰਦਾ ਗਿਆਨ ਦੀ ਜਾਗ ਵਿੱਚ ਆ ਜਾਣਾ, ਪਤਾ ਲੱਗ ਜਾਣਾ ਵੀ ਇੱਥੇ ਹੈ ਕੀ। ਉਹ ਮਹਾਤਮਾ ਤੋਂ ਬਗੈਰ ਨਾ ਕੋਈ ਦੱਸ ਸਕਦਾ, ਨਾ ਕਿਸੇ ਨੂੰ ਅਖਤਿਆਰ ਹੈ। ਸੋ ਮਹਾਰਾਜ ਇਹ ਫਰਮਾਨ ਕਰਦੇ ਹੈ ਕਿ ਜੋ ਮਹਾਤਮਾ ਦਾ ਮਿਲਣਾ ਹੈ ਉਹਦੇ ਨਾਲ ਕੀ ਹੁੰਦਾ, ਹਰ ਜਨ ਸਗਲ ਉਧਾਰੇ ਸੰਗ ਕੇ। ਜਿੰਨੇ ਉਹਨਾਂ ਦੀ ਸੰਗਤ ਵਿੱਚ ਆ ਜਾਣ ਮਹਾਤਮਾ ਉਹਦਾ ਆਧਾਰ ਕਰ ਦਿੰਦਾ। ਭਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ। ਉਹਨਾਂ ਦਾ ਮਨ ਪਵਿੱਤਰ ਹੋ ਜਾਏਗਾ ਅਤੇ ਪਨੀਤ ਹੋ ਜਾਣਗੇ, ਮਹਾਂ ਪਵਿੱਤਰ ਹੋ ਜਾਣਗੇ। ਅਤੇ ਜਨਮਾਂ ਜਨਮਾਂਤਰਾਂ ਦੇ ਜੋ ਦੁੱਖ ਲੱਗੇ ਹੋਏ ਨੇ, ਜੰਮਣ ਮਰਨ ਦਾ ਦੁੱਖ ਸਭ ਤੋਂ ਵੱਡਾ ਹੈ, ਜਨਮ ਮਰਨ ਵਿੱਚ ਦੁੱਖ ਸਵਾਇਆ। ਆਦਿ ਵਿਆਧੀ ਉਪਾਧੀ ਅਨੇਕਾਂ ਹੀ ਦੁੱਖ ਨੇ, ਸਾਰਾ ਸੰਸਾਰ ਦੁਖੀ ਹੈ। ਮਹਾਰਾਜ ਕਹਿੰਦੇ ਸੁਖੀ ਨਹੀਂ ਇੱਥੇ ਕੋਈ, ਬਾਲੀ ਰੋਵੇ ਨਾ ਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਂ ਦੇ ਸੰਗਤ ਕਰਨ ਦੇ ਨਾਲ ਉਹ ਦੂਰ ਹੋ ਜਾਂਦੇ ਨੇ। ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਜਿਹੜੇ ਉਹ ਬਚਨ ਕਹਿੰਦੇ ਨੇ, ਜਿਹੜਾ ਉਸ ਮਾਰਗ 'ਤੇ ਚੱਲੇਗਾ ਉਹਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਮਾਰਗ ਚੱਲੇ ਤਿੰਨੀ ਸੁੱਖ ਪਾਇਆ, ਜਿਨ ਸਿਉਂ ਗੋਸ਼ਟ ਸੇ ਧਰੇ। ਜਿਹਨਾਂ ਨਾਲ ਮਹਾਂਪੁਰਸ਼ ਬੈਠ ਕੇ ਬਚਨ ਕਰ ਲੈਣਗੇ ਨਾ ਤਤ ਦੇ, ਉਹ ਫਿਰ ਡੁੱਬਦਾ ਨਹੀਂ ਹੈ, ਉਹ ਤਰ ਜਾਇਆ ਕਰਦਾ। ਉਹਨੇ ਸੰਸਾਰ ਤੋਂ ਤਰ ਜਾਣਾ। ਬੂਢਤ ਘੋਰ ਅੰਧ ਕੂਪ ਮੈਂ, ਜਿਹੜੇ ਅੰਨੇ ਖੂਹ ਦੇ ਵਿੱਚ ਡੁੱਬ ਰਹੇ ਸੀ ਅਤੇ ਸਾਧੂ ਸੰਗ ਪਾਰ ਭਰੇ, ਜਦੋਂ ਸੰਤਾਂ ਦੀ ਸੰਗਤ ਮਿਲ ਗਈ ਉਸ ਵੇਲੇ ਉਹ ਪਾਰ ਪੈ ਗਏ। ਜਿਨ ਕੇ ਭਾਗ ਵੱਡੇ ਹੈ ਭਾਈ, ਮਹਾਰਾਜ ਕਹਿੰਦੇ ਪਿਆਰਿਓ ਇਹ ਐਵੇਂ ਨਹੀਂ ਗੱਲਬਾਤ ਬਣਦੀ, ਇਹਦੇ ਵਿੱਚ ਪਰਮੇਸ਼ਰ ਦੀ ਦਇਆ ਹੈ ਅਤੇ ਭਾਗਾਂ ਦਾ ਉਦੇ ਹੋਣਾ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਇਹ ਨਹੀਂ ਵੀ ਉਹ ਬਹੁਤੇ ਪੈਸੇ ਵਾਲੇ ਹੁੰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਨਾ ਕਰੋ, ਵੱਡੇ ਵੱਡੇ ਜੋ ਦਿਸੇ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਉਹ ਤਾਂ ਚਿੰਤਾ ਦੇ ਮਾਰੇ ਪਏ ਨੇ, ਬਲੱਡ ਪ੍ਰੈਸ਼ਰ ਹੋ ਹੀ ਜਾਂਦੇ ਨੇ, ਹਾਰਟ ਟਰਬਲ ਹੁੰਦੀ ਹੈ, ਹੈ ਹੈ ਸਾਰਾ ਦਿਨ ਕਰਦੇ ਨੇ, ਕਦੇ ਸ਼ਾਂਤੀ ਨਹੀਂ ਆਉਂਦੀ ਹੈ। ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਆ ਕੇ ਹਰੀ ਦਾ ਜਸ ਸੁਣਦੇ ਨੇ, ਸਤਸੰਗ ਵਿੱਚ ਆਉਂਦੇ ਨੇ। ਕਹਿੰਦੇ ਉਹਨਾਂ ਦਾ ਜਿਹਦੇ ਵੱਡੇ ਭਾਗ ਨੇ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ। ਉਹ ਸਾਧੂ ਦੇ ਨਾਲ ਜੁੜ ਜਾਂਦਾ ਅਤੇ ਫਿਰ ਹੁੰਦਾ ਕੀ ਹੈ, ਮਹਾਰਾਜ ਕਹਿੰਦੇ ਉਹ ਕਿੱਡੇ ਵੱਡੇ ਹੋ ਜਾਂਦੇ ਨੇ, ਐਵੇਂ ਨਾ ਗੱਲਬਾਤ ਜਾਣਿਓ। ਅਸੀਂ ਵੀ ਉਹਦਾ ਪੂਰਾ ਆਦਰ ਕਰਦੇ ਹਾਂ, ਤਿੰਨ ਕੀ ਧੂੜ ਬਾਛੇ ਨਿਤ ਨਾਨਕ। ਅਸੀਂ ਐਸੇ ਪ੍ਰੇਮੀਆਂ ਦੀ ਧੂੜ ਲੋਚਦੇ ਹਾਂ, ਪ੍ਰਭ ਮੇਰਾ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰ, ਐਸੇ ਜੋ ਸਾਧੂ ਨੇ ਉਹਨਾਂ ਦੀ ਧੂੜ ਦੇ। ਕਿਉਂਕਿ ਸਾਧੂ ਦਾ ਅਤੇ ਪਰਮੇਸ਼ੁਰ ਦਾ ਕੋਈ ਫਰਕ ਨਹੀਂ ਹੋਇਆ ਕਰਦਾ। ਸਾਧੂ ਸਰੀਰ ਤਾਂ ਹੁੰਦਾ, ਸਰੀਰ ਵਿੱਚ ਤਾਂ ਰਹਿਣਾ ਹੀ ਹੈ ਸਾਰਿਆਂ ਨੇ, ਲੇਕਿਨ ਜਿਹੜਾ ਸਾਧੂ ਇਹਦੇ ਵਿੱਚ ਰਹਿੰਦਾ ਉਹਨੂੰ ਨਹੀਂ ਅਸੀਂ ਜਾਣਦੇ। ਸਾਡੇ ਔਰ ਸਾਧੂ 'ਚ ਕੀ ਫਰਕ ਹੈ, ਸਾਡੇ ਵਿੱਚ ਮੈਂ ਅਤੇ ਮੇਰੀ ਚੱਲ ਰਹੀ ਆ। ਆਪਾਂ ਦੇਖ ਲਓ ਵਿਚਾਰ ਕੇ, ਮੈਂ ਕਹਿੰਦੇ ਹਾਂ ਫਲਾਣੇ ਨੇ ਮੈਨੂੰ ਗਾਲ ਕੱਢੀ, ਫਲਾਣੇ ਨੇ ਮੈਨੂੰ ਐਂ ਕਿਹਾ, ਮੇਰਾ ਬੁਰਾ ਚਿੱਤ ਪਿਆ, ਮੇਰੀ ਜ਼ਮੀਨ, ਮੇਰਾ ਘਰ, ਮੇਰੇ ਪੈਸੇ, ਮੇਰੇ ਪੁੱਤਰ,
इहनू कहिंदे ने होमै दा जीवन। महाराज कहिंदे भोलिया होमै सुरत बसार, इहनू भुल जा। तू कौसमिक सुरत चाह, उन्मनी सुरत दे विच आ, जिहड़ी परमेश्वर दी सुरत है। इहदा नींद है तेही गुणी संसार भरम, सुता सुतिया रहण बयाणी। इह तां रात तेरी उम्र दी लंघ रही है सुते दी। उहनां दे विच मैं मर चुकी हुंदी है, इह शरीर दे अंदर वाहिगुरू ही है, होर है नहीं कोई। जिन्हों असी मैं कहने, दरअसल चीज कोई नहीं है, वह एक सत्ता है। ब्रेन मिलती, ब्रेन यह चलता है इलैक्ट्रॉनिक दियां लहरां ते मैगनैटिक लहरां, वो सत्ता दिंदी है आत्मा। आत्मा सत्ता दे के इहदे च जागृत पैदा करती है। यह कहिंदा मैं, मेरा नाम फलाना, मैं हिंदू, मैं मुसलमान, मैं सिख, मैं फलाना, मैं फलाना, इहदी दुनिया चल पैंदी है। संतां दी नहीं हुंदी, संत मैं नूं मार के रब उहनां दे शरीर च रब काम करदा है, उह रब्बे हुंदे ने। रब दा रूप कह दईए उह वी गलत है, रब दा रूप नहीं, उह हुंदे ही परमेश्वर ने।